बारह तेरह दिन हो गए सानू खाना गलत दिता जा रहा। अच्छा जी, खाना खराब है जी, खाना बेजमी बेकार है, बच्चा खाने योग खाना दे ही नहीं रहे। सरकार इस हिसाब न सरकार दी अखां विचियां वीआं ने। ਕਿੰਨੇ ਕੁ ਬੱਚੇ ਬਿਮਾਰ ਹੋਏ ਤੁਹਾਨੂੰ ਪਤਾ ਲੱਗਿਆ? ਬੱਚੇ ਬਹੁਤ ਬਿਮਾਰ ਨੇ ਜੀ, ਸਾਰੇ ਬੱਚੇ ਬਿਮਾਰ ਨੇ ਤਕਰੀਬਨ। ਖਾਣਾ ਖਰਾਬ ਕਰਨ ਨਾਲ ਬੱਚਿਆਂ ਨੂੰ ਢਿੱਲਾ ਹੋਰ ਹੀ ਪ੍ਰੋਬਲਮ ਆ ਰਹੀ ਹੈ ਵਾਰ ਵਾਰ। ਹੁਣ ਸੁਣਵਾਈ ਹੈ ਨਹੀਂ ਇੱਥੇ, ਆ ਕੇ ਵਾਰ ਵਾਰ ਬੱਚੇ ਤੰਗ ਹੋ ਰਹੇ ਨੇ ਫੋਨ ਕਰ ਰਹੇ ਨੇ। ਬਾਹਰ ਖੜੇ ਅੰਦਰ ਕਿਵੇਂ ਜਾ ਰਹੇ? ਜਿੰਦਾ ਲਾ ਰੱਖੀ ਜੀ ਸਾਨੂੰ, ਬੱਚੇ ਨੂੰ ਬੁਲਾਇਆ ਗਿਆ, ਹੁਣ ਸੁਨੇਹਾ ਲੱਗੇ ਬੱਚੇ ਨੂੰ ਆ ਕੇ ਲੈ ਜਾ ਸਕੂਲ 'ਚ, ਗੇਟ ਨਹੀਂ ਖੋਲਿਆ ਜਾ ਰਿਹਾ ਜੀ। ਕੀ ਸੁਨੇਹਾ ਲੱਗੇ, ਕਿੰਨੇ ਕੁ ਬੱਚੇ ਬਿਮਾਰ ਨੇ ਹੁਣ? ਇਹ ਕਈ ਦਿਨਾਂ ਤੋਂ ਪ੍ਰੋਬਲਮ ਚੱਲੀ ਹੈ, ਕੋਈ ਨਵਾਂ ਸਟਾਫ ਆਇਆ ਨਾ, ਖਾਣਾ ਕੋਈ ਚੇਂਜ ਕੀਤਾ, ਉਦੋਂ ਬਾਅਦ ਜ਼ਿਆਦਾ ਦਿੱਕਤ ਆ ਰਹੀ ਹੈ ਬੱਚਿਆਂ ਨੂੰ। ਉਹ ਕਹਿੰਦੇ ਖਾਣਾ ਵਧੀਆ ਨਹੀਂ ਮਿਲ ਰਿਹਾ, ਪਹਿਲਾਂ ਖਾਣਾ ਵਧੀਆ ਮਿਲਣਾ, ਫਿਰ ਵਿੱਚ ਦੁਬਾਰੇ ਫਿਰ ਇਹ ਪ੍ਰੋਬਲਮ ਸ਼ੁਰੂ ਹੋ ਗਈ। ਦੋ ਤਿੰਨ ਦਿਨਾਂ ਤੋਂ ਨਾ, ਮਤਲਬ ਜਿੱਦੇ ਦੀਵਾਲੀ ਤੋਂ ਬਾਅਦ ਆਏ, ਖਾਣੇ 'ਚ ਬਹੁਤ ਦਿੱਕਤ ਆ ਰਹੀ ਹੈਗੀ, ਅਤੇ ਦੋ ਤਿੰਨ ਦਿਨਾਂ ਤੋਂ ਬੱਚੇ ਖਾਣਾ ਵੀ ਨਹੀਂ ਖਾ ਰਹੇ, ਕੀੜੇ ਵਗੈਰਾ ਨਿਕਲ ਰਹੇ। ਕੱਲ੍ਹ ਜਾਂ ਸ਼ਾਇਦ ਦੁਪਹਿਰ ਟੀਚਰਸ ਨੇ ਵੀ ਖਾ ਕੇ ਦੇਖਿਆ, ਸਹੀ ਸੀ, ਬਟ ਜਦੋਂ ਖਾਇਆ ਬੱਚਿਆਂ ਨੇ ਉਹ 'ਚ ਵੀ ਕੀੜੇ ਨਿਕਲੇ। ਇਸ ਤੋਂ ਬਾਅਦ ਬੱਚਿਆਂ ਨੂੰ ਦਰਦ ਸ਼ੁਰੂ ਹੋ ਗਿਆ, ਰਾਤ ਨੂੰ ਬਹੁਤ ਬੱਚਿਆਂ ਦੇ ਕਿਸੇ ਲੂਜ਼ ਮੋਸ਼ਨ, ਕਿਸੇ ਨੂੰ ਵੋਮਟਿੰਗ, ਕਿਸੇ ਪੇਟ ਦਰਦ ਹੋ ਰਿਹਾ ਸੀ, ਫਿਰ ਬਹੁਤ ਬੱਚਿਆਂ ਨੂੰ ਹੁਣ ਰਾਤ ਲਿਆ ਸੀ, ਬਹੁਤ ਬੱਚਿਆਂ ਨੂੰ ਹੁਣ ਲੈ ਕੇ ਆਏ ਹੈਗੇ ਵੇ। ਬਹੁਤ ਜਿੱਦਾਂ ਦੀਵਾਲੀ ਤੋਂ ਆਏ ਹੈਗੇ, 14-15 ਤਰੀਕ ਦੇ ਉਦੋਂ ਦੀ ਆ ਰਹੀ ਹੈ। ਇੰਚਾਰਜ ਦਾ ਜੀ ਕਹਿੰਦੇ ਖਾਣੇ ਚ ਪ੍ਰੋਬਲਮ ਆ ਰਹੀ ਆ, ਤੇ ਤੁਸੀਂ ਆ ਕੇ ਕਨਫਰਮ ਕਰੋ ਮਾੜਾ ਮੋਟਾ ਜੀ ਉਹਨਾਂ ਨਾਲ। ਅਸੀਂ ਕਿਹਾ ਚੱਲ ਅਸੀਂ ਦੇਖਦੇ ਹਾਂ ਜੀ, ਕਦੋਂ ਬੱਚਿਆਂ ਨੂੰ ਹੋਰ ਪੁੱਛਿਆ, ਕਹਿੰਦੇ ਚੱਲ ਸਰ ਕਹਿੰਦੇ ਇੱਕ ਅੱਧਾ ਤੋਂ ਦੇਖ ਲਓ, ਤੇ ਰਾਤੀ ਮਤਲਬ ਕਿ ਬੱਚਿਆਂ ਨੂੰ ਦਾਖਲ ਕਰਨਾ ਪੈ ਗਿਆ ਜੀ, ਮੂੰਹ 'ਚ ਝੱਗ ਵਗੈਰਾ ਜੀ, ਤੇ ਸਾਨੂੰ ਕੋਈ ਦੱਸਿਆ ਨਹੀਂ ਗਾ ਪ੍ਰਿੰਸੀਪਲ ਸਾਹਿਬ ਨੇ। ਇਹ ਜੀ ਮੈਰੀਟੋਰੀਆ ਸਕੂਲ ਘਾਬਦਾ ਜੀ। ਨਹੀਂ ਨਹੀਂ, ਸਾਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਜੀ, ਸਾਨੂੰ ਤੱਕ ਤਾਂ ਗੱਲ ਹੀ ਨਹੀਂ ਪਹੁੰਚੀ ਜੀ, ਸਾਡੇ ਤੱਕ ਤਾਂ ਗੱਲ ਹੀ ਨਹੀਂ ਪਹੁੰਚੀ ਜੀ। ਅਸੀਂ ਵੀਰੋ ਕੇ ਕਲਾਂ ਜੀ, ਮਾਨਸਾ ਜ਼ਿਲ੍ਹਾ ਜੀ। ਹਾਂਜੀ, ਬੇਟੀ ਹੈ ਮੇਰੀ ਜੀ, ਅੰਸ਼ਿਕਾ ਜੀ, ਪਲੱਸ ਟੂ 'ਚ ਜੀ, ਅੱਗੇ ਨਾ ਬੈਟਰ ਜੀ। ਸਾਨੂੰ ਇੰਚਾਰਜ ਦਾ ਫੋਨ ਗਿਆ ਜੀ ਹੁਣ। ਹਾਂਜੀ, ਅੱਜ ਸਵੇਰੇ ਜੀ, ਰਾਤ ਦੀ ਤਾਂ ਐਡਮਿਟ ਹੈ ਜੀ ਉਰੇ। ਹਾਂਜੀ ਹਾਂਜੀ, ਮੰਗ ਕਰਦੇ ਸਾਨੂੰ ਸਮੇਂ ਬੱਚਿਆਂ ਨੂੰ ਖਾਣਾ ਸਹੀ ਮਿਲਣਾ ਚਾਹੀਦਾ, ਮਤਲਬ ਕਿ ਪੜਤਾਲ ਹੋਣੀ ਚਾਹੀਦੀ ਇਸ ਗੱਲ ਦੀ ਜੀ, ਬੱਚਾ ਸੁੰਡ ਕੀੜੇ ਮਕੌੜੇ ਨਿਕਲੇ ਨੇ ਖਾਣੇ 'ਚੋਂ ਜੀ, ਠੇਕੇਦਾਰ ਤੇ ਇਨਕੁਆਇਰੀ ਹੋਣੀ ਚਾਹੀਦੀ ਹੈਗੀ। ਇਹ ਜੀ ਮੈਰੀਟੋਰੀਆ ਸਕੂਲ ਦੇ ਬੱਚੇ ਰਾਤ ਸਾਡੇ ਕੋਲ 18 ਬੱਚੇ ਲਿਆਂਦੇ ਗਏ ਸੀ ਵਿਦ ਕੰਪਲੇਨ ਆਫ ਪੇਨ ਐਂਡ ਹਿਸਟਰੀ ਆਫ ਫੂਡ ਪੋਇਜ਼ਨਿੰਗ। ਉਹਨਾਂ 'ਚੋਂ ਬੱਚੇ ਸਟੇਬਲ ਸੀਗੇ, 14 ਬੱਚੇ ਅਸੀਂ ਰਾਤ ਡਿਸਚਾਰਜ ਕਰਤੇ, ਜਿਨ੍ਹਾਂ 'ਚੋਂ 4 ਬੱਚੇ ਦੇ ਸਾਡੇ ਕੋਲ ਮੈਡੀਕਲ ਵਾਰਡ 'ਚ ਹੈਗੇ, ਅਤੇ 35 ਬੱਚੇ ਸਾਡੇ ਕੋਲ ਹੋਰ ਆਏ ਹੈ, ਔਰ ਬੱਚੇ ਦੀ ਕੰਡੀਸ਼ਨ ਠੀਕ ਹੈ। ਬਸ ਕੀ ਕਾਰਨ ਬਣ ਰਹੇ ਹੋ, ਕੀ ਦਿੱਕਤ ਆ ਰਹੀ? ਖਾਣਾ ਤਾਂ ਦੇਖੋ ਸਾਰਿਆਂ ਨੇ ਇੱਕੋ ਹੀ ਖਾਧਾ, ਮਤਲਬ ਖਾਣੇ ਦੀ ਹੀ ਉਹ ਲੱਗ ਰਹੀ ਹੈ। ਉਹਦੇ ਲਈ ਅਸੀਂ ਫੂਡ ਸੈਂਪਲਿੰਗ ਲਈ ਟੀਮ ਭੇਜ ਦਿੱਤੀ ਗਈ ਹੈ, ਸੈਂਪਲਸ ਲਈ। ਹਾਂਜੀ, ਟੀਮ ਨੂੰ ਕਿਹਾ ਗਿਆ, ਟੀਮ ਚਲੀ ਗਈ ਹੈ ਔਰ ਸੈਂਪਲਸ ਭੇਜੇ ਜਾਣਗੇ। ਨਹੀਂ, ਬੱਚੇ ਸਟੇਬਲ ਹੈ ਸਰ। ਰਾਤ ਜੀ 14 ਜਿਹੜੇ ਬੱਚੇ ਉਹਨਾਂ ਨੂੰ ਛੁੱਟਕਾਰ ਭੇਜ ਦਿੱਤਾ ਗਿਆ ਸੀ, ਬਾਕੀ ਇਸ ਟਾਈਮ ਸਾਡੇ ਕੋਲ 39 ਹੈਗੇ ਆ ਇਸ ਟਾਈਮ।